ਜਦੋਂ ਮੈਂ ਗਵਰਨਰ ਐਡਰੈਸ ਵੱਲ ਵੇਖ ਰਿਹਾ ਸਪੀਕਰ ਸਾਹਿਬ ਮੈਨੂੰ ਉਹੀ ਇਹਦਾ ਮੂਰਲਾ ਜਿਹੜਾ ਫਰੰਟ ਪੇਜ ਕਵਰ ਹੈ ਉਹੀ ਚਿੱਟੇ ਰੰਗ ਦਾ ਇਹ ਕਾਗਜ਼ ਅੰਦਰ ਉਹੀ ਸੋਹਣੇ ਸੋਹਣੇ ਅੱਖਰਾਂ ਦੇ ਵਿੱਚ ਲਿਖੀਆਂ ਸਰਕਾਰ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਗੱਲਾਂ ਉਸੇ ਤਰ੍ਹਾਂ ਦਾ ਮਾਹੌਲ ਗਵਰਨਰ ਐਡਰੈਸ ਤੇ ਸੱਤਾਧਰ ਚ ਜਦੋਂ ਅਸੀਂ ਇੱਧਰ ਬੈਠੇ ਹੁੰਦੇ ਸੀ ਅਸੀਂ ਵੀ ਤਾੜੀਆਂ ਮਾਰਿਆ ਕਰਦੇ ਸੀ ਔਰ ਅਸੀਂ ਵੀ ਗਵਰਨਰ ਐਡਰੈਸ ਦੇ ਬਾਰੇ ਉੱਚੀ ਉੱਚੀ ਬੋਲ ਕੇ ਚਰਚਾ ਕਰਦੇ ਹੁੰਦੇ ਸੀ ਕਿ ਕਿਆ ਗਵਰਨਰ ਐਡਰੈਸ ਹੈ ਤੇ ਵਿਰੋਧੀ ਧਿਰ ਦੇ ਜਿਹੜੇ ਇੱਧਰ ਬੈਠੇ ਹੁੰਦੇ ਸੀ ਉਹ ਇਹਦੀ ਨਿੰਦਾ ਕਰਦੇ ਹੁੰਦੇ ਸੀ ਬੇਸ਼ੱਕ ਕੋਈ ਇਹਦੇ 'ਚ ਚੰਗੀ ਚੀਜ਼ ਲਿਖੀ ਹੋਵੇ ਨਾ ਲਿਖੀ ਹੋਵੇ ਤੇ ਇੱਧਰ ਜੇ ਭਾਵੇਂ ਕੋਈ ਚੰਗੀ ਚੀਜ਼ ਲਿਖੀ ਹੋਵੇ ਨਾ ਲਿਖੀ ਹੋਵੇ ਇਹਨਾਂ ਨੇ ਇਹਦੇ ਹੱਕ ਦੇ ਵਿੱਚ ਖੜਾ ਹੁੰਦੇ ਸੀ ਮਨ ਦੇ ਵਿੱਚ ਇਹ ਵੀ ਸੀਗਾ ਕਿ ਕਦੇ ਨਾ ਕਦੇ ਸ਼ਾਇਦ ਇਹ ਪਿਰਤ ਤੇ ਰੀਤੀ ਰਿਵਾਜ਼ ਬਦਲਣਗੇ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਬਦਲੇ ਹੈ ਅਕਸਰ ਹੀ ਚਾਹੇ ਆਪਦੀ ਸਰਕਾਰ ਹੋਵੇ ਚੁਣੇ ਹੋਏ ਸੈਨੇਟਰ ਜਦੋਂ ਉੱਥੇ ਬੋਲਦੇ ਨੇ ਤੇ ਬੇਸ਼ੱਕ ਉਹ ਆਪਦੀ ਸਰਕਾਰ ਹੋਵੇ ਜੇ ਉਹਦੀ ਨਿੰਦਾ ਕਰਨੀ ਪਵੇ ਤਾਂ ਉਹ ਨਿੰਦਾ ਕਰਦੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਰੋ ਅਸੀਂ ਵੀ ਨਹੀਂ ਨਿੰਦਾ ਕੀਤੀ ਸ਼ਾਇਦ ਅਸੀਂ ਸੱਚੀ ਗੱਲ ਨੂੰ ਸੱਚੀ ਕਹਿੰਦੇ ਹੁੰਦੇ ਤਾਂ ਸ਼ਾਇਦ ਇੱਧਰਲੇ ਪਾਸੇ ਨਾ ਬੈਠੇ ਹੁੰਦੇ ਕਈ ਵਾਰੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕਰਨ ਦੀ ਪਲੀਜ਼ ਯਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਉਹਦੇ ਸਿੱਟੇ ਕੁਝ ਹੋਰ ਹੋਣੇ ਸਨ ਤੇ ਜਿਹੜੀ ਅਸੀਂ ਗਲਤੀ ਕੀਤੀ ਸ਼ਾਇਦ ਉਹੀ ਗਲਤੀ ਤੁਸੀਂ ਵੀ ਦੁਹਰਾ ਰਹੇ ਹੋ ਸੋ 12ਵੀਂ ਵਾਰੀ ਦੇ ਇਸ ਗਵਰਨਰ ਐਡਰੈਸ ਦੇ ਵਿੱਚ ਮੈਨੂੰ ਕੁਝ ਬਦਲਿਆ ਨਜ਼ਰ ਨਹੀਂ ਆਉਂਦਾ ਮੈਂ ਅੱਜ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦਾ ਪਹਿਲਾਂ ਮੈਂ ਸ਼ਾਬਾਸ਼ੀ ਦੀ ਗੱਲ ਕਰਾਂ ਬੇਸ਼ੱਕ ਆ ਪ੍ਰਿੰਸੀਪਲ ਸਾਹਿਬਾਨਾਂ ਦੀ ਗੱਲ ਹੋਈ ਹੈ ਬਾਹਰ ਜਾਣ ਦੀ ਗੱਲ ਹੋਈ ਹੈ ਬਹੁਤ ਚੰਗਾ ਕਦਮ ਹੈ ਮੈਂ ਸ਼ਲਾਘਾ ਕਰਨਾ ਚਾਹੁੰਦਾ ਤੁਹਾਡੀ ਕਿ ਗਵਰਨਰ ਐਡਰੈਸ 'ਚ ਬੇਸ਼ੱਕ ਲਿਖਿਆ ਵੀ ਪ੍ਰਿੰਸੀਪਲ ਸਾਹਿਬਾਨ ਬਾਹਰ ਭੇਜੇ ਪ੍ਰਕਿਰਿਆ ਦੇ ਵਿੱਚ ਕੋਈ 19 ਹੋ ਸਕਦਾ ਲੇਕਿਨ ਇਹ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਅਗਰ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਤੁਸੀਂ ਵਿਦੇਸ਼ਾਂ 'ਚ ਭੇਜ ਕੇ ਕੋਈ ਚੰਗੀ ਟ੍ਰੇਨਿੰਗ ਜਾਂ ਚੰਗਾ ਕੋਈ ਵਿਦਿਆ ਦਾ ਜਿਹੜਾ ਮਿਆਰ ਵਧਾਉਣਾ ਚਾਹੁੰਦਾ ਇਹ ਬਹੁਤ ਚੰਗੀ ਗੱਲ ਹੈ ਮੈਂ ਮੁੱਖ ਮੰਤਰੀ ਨੂੰ ਤੇ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਪਰ ਮੈਂ ਨਾਲ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਹਾਨੂੰ ਸੱਚਾਈ ਬਿਆਨ ਕਰਨੀ ਪਏਗੀ ਅਗਰ ਤੁਸੀਂ ਸੱਚਾਈ ਬਿਆਨ ਨਹੀਂ ਕਰੋਗੇ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਤੇ ਨਸਲਾਂ ਹੈ ਉਹ ਰਾਜੇ ਵੜਿੰਗ ਨੂੰ ਤੇ ਤੁਹਾਨੂੰ ਬੇਸ਼ੱਕ ਕਿਸੇ ਦੀ ਇੱਕ ਦਿਨ ਦੀ ਪੰਜਾਬ ਦੀ ਵਿਧਾਨ ਸਭਾ 'ਚ ਹਿੱਸੇਦਾਰੀ ਹੈ ਬੇਸ਼ੱਕ ਉਹਦੀ 2 ਸਾਲ ਦੀ ਹੈ ਬੇਸ਼ੱਕ ਉਹਦੀ 5 ਸਾਲ ਦੀ ਹੈ 15 ਸਾਲ ਦੀ ਹੈ ਬੜੇ ਬੜੇ ਲੋਕ ਇੱਥੇ ਆਏ ਉਹ ਬੈਠੇ ਖੁੱਡੀਆਂ ਸਾਹਿਬ 5 ਵਾਰ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜਿਹੜਾ ਕਦੇ ਨਹੀਂ ਹਾਰਿਆ ਸੀਗਾ ਮੇਰੇ ਕਹਿਣ ਦਾ ਮਤਲਬ ਤੁਸੀਂ ਵੀ ਜਾਂ ਅਸੀਂ ਵੀ ਇੱਥੇ ਪੱਕੇ ਬੈਠੇ ਨਹੀਂ ਰਹਿਣਾ ਇਹ ਮਤ ਸਮਝੀਏ ਜਿਹੜਾ ਇੱਧਰਲੀ ਕੁਰਸੀ ਦਾ ਚਮਕ ਪੱਥਰ ਐਸਾ ਹੈ ਜਿਹੜਾ ਇੱਧਰ ਬਹਿ ਜਾਂਦਾ ਹੈ ਕੁਰਸੀਆਂ ਉਹੋ ਜਿਹੀਆਂ ਉਹੀ ਇਹੀ ਆਹੀ ਲੈਦਰ ਤੇ ਆਹੀ ਕਾਰਪੇਟ ਇੱਥੇ ਬੰਦੇ ਬਦਲਦੇ ਰਹਿੰਦੇ ਪਲੀਜ਼ ਡੋਂਟ ਡਿਸਟਰਬ ਮੀ ਯਾਰ ਮੈਂ ਚੰਗੀ ਗੱਲ ਕਰ ਸੋ ਇੱਥੇ ਸਭ ਨੇ ਬਦਲਿਆ ਜਾਣਾ ਕਿਸੇ ਨੇ ਸਥਿਰ ਨਹੀਂ ਰਹਿਣਾ ਲੇਕਿਨ ਪੰਜਾਬ ਦੇ ਲੋਕ ਸਾਨੂੰ ਵੇਖ ਰਹੇ ਨੇ ਇਸੇ ਕਰਕੇ ਕਿਤੇ ਨਾ ਕਿਤੇ ਸਿਆਸੀ ਲੋਕਾਂ ਦਾ ਜਨਤਾ ਦੇ ਵਿੱਚੋਂ ਨਾ ਕੇਵਲ ਤੁਹਾਡਾ ਮੈਂ ਆਪਣੀ ਗੱਲ ਵੀ ਕਰ ਰਿਹਾ ਸਾਡਾ ਮਿਆਰ ਦਿਨ ਬ ਦਿਨ ਗਿਰਦਾ ਜਾ ਰਿਹਾ ਹੈ ਐਂਡ ਪੋਲਿਟਿਕਸ ਇਜ਼ ਆਲ ਅਬਾਊਟ ਦਾ ਪਰਸੈਪਸ਼ਨ ਵਿਚਾਰਧਾਰਾ ਇਟਸ ਨਾਟ ਅਬਾਊਟ ਵਟ ਯੂ ਆਰ ਡੂਇੰਗ ਔਰ ਵਟ ਯੂ ਆਰ ਨਾਟ ਡੂਇੰਗ ਇਹ ਸਾਰੀ ਵਿਚਾਰਧਾਰੇ ਦੀ ਲੜਾਈ ਹੈ ਕਿਸੇ ਵਿਅਕਤੀ ਨੂੰ ਤੁਸੀਂ ਵਿਜੀਲੈਂਸ ਤੋਂ ਅੰਦਰ ਦੇ ਦਿਓ ਅਗਰ ਪੰਜਾਬ ਦੇ ਲੋਕਾਂ ਦੇ ਵਿੱਚ ਉਹਦੀ ਵਿਚਾਰਧਾਰਾ ਚੰਗੀ ਹੈ ਤਾਂ ਉਹ ਖਰਾਬ ਨਹੀਂ ਹੋ ਸਕੇਗੀ ਮੈਂ ਉਦਾਹਰਣ ਦੇ ਰਿਹਾ ਅਗਰ ਉਹਦੀ ਵਿਚਾਰਧਾਰਾ ਮਾੜੀ ਹੈ ਲੋਕ ਸਮਝਦੇ ਕਿ ਇਹ ਖਰਾਬ ਬੰਦਾ ਹੈ ਇਹ ਤਾਂ ਨਸ਼ੇ ਵੇਚਣ ਵਾਲਾ ਬੰਦਾ ਹੈ ਉਹ ਜਿੰਨਾ ਮਰਜ਼ੀ ਦੁੱਧ ਧੋਤਾ ਹੋ ਜਾਏ ਪਬਲਿਕ ਉਹਨੂੰ ਕਦੇ ਜ਼ਿੰਦਗੀ 'ਚ ਮਾਫ ਨਹੀਂ ਕਰੇਗੀ ਸੋ ਆ ਕੀ ਹੋ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ 49 ਸਾਲ ਦਾ ਅਗਰ 49 ਸਾਲ ਦਾ ਕੋਈ ਆਮ ਘਰਾਣੇ ਦਾ ਮੁੱਖ ਮੰਤਰੀ ਜਿਹਦਾ ਪੋਲਿਟਿਕਸ ਦੇ ਨਾਲ ਤਾਲੁਕਾਤ ਨਹੀਂ ਸੀ
अगर वह पंजाब का मुख्यमंत्री बनता है तो मेरे अर्गे बंदे नूं भी कदे आस हुंदी है जां होर साडे बैठे साथियों नूं जां मेरे भरा बैठे है इन्हां नूं भी आस हुंदी है कि कदे साडे ते भी परमात्मा कृपा कर सकदा है। हमेशा मुख्यमंत्री साहब कहिंदे कि मैं मास्टर जी दा मेरे फादर पिता जी प्रोफेसर जां मास्टर जां प्रिंसीपल सी। सानू इस गल दा गर्व है कि एक आम बंदा उस कुर्सी ते जाके बैठा, नहीं तां बहुत वड्डे वड्डे रजवाड़े सत्ताधार पैसे आले जिन्हों का पिछोकड़ राजनीतिक का रहा उन्होंने बच्चे ही वो अगे प्रमोट कर करके उत्थे ही वही कुर्सी पर बेंदे सी। आम बंदा सोच नहीं सकता सी, फाइनेंस मिनिस्टर बैठे है, इधर बैठे है कई लोग, पर मैं परसैप्शन की गल कर रहा है और कली परसैप्शन ही है, सच्चाई सच्चाई है। आ हिंदुस्तान का जरा मशहूर रसाला है मैगजीन इंडिया टूडे, चंगा लगता जे मेरे मुख्यमंत्री दी साडे मुख्यमंत्री दी, एक कला इन्हां दा मुख्यमंत्री नहीं है साडा भी मुख्यमंत्री, जे फोटो ऐसी शान और शौकत ना लगी होंदी। आ फोटो देखो इंडिया टुडे लाई, मैन इन मडल, मान इन मडल, इंडिया टुडे। मैनू ये पढ़ के अफसोस होया कि परेशानी च साडे मुख्यमंत्री दा चेहरा लाया हुआ है। कहता कि फोटो कोई माड़ी लाती है कि एक परेशान मान साहब इन ट्रबल, फस के है बुरे तरीके दे नाल, मडल मतलब ए हिंदुस्तान का मशहूर मैगजीन है। राजा वड़ेंग या प्रताप सिंह बाजवा जा कांग्रेस के व्यक्ति नहीं कह रहे की लिखिया रे, तुसी ठीक है तुसी कहता कि सारे वादे पूरे करते और की होया जो होया अजनाला दे विच। कैन यू बिलीव दैट कांग्रेस का सैशन चल रहा है धालीवाल साहब, तमिलनाडु के लोग, केरला के लोग, दोज वर नॉट अवेयर वॉट इज हैपनिंग इन पंजाब, दे फील दैट द सेम जिहड़ा 40 साल पुराना सिस्टम सीगा वो पंजाब दे विच दोबारा तैयार हो गया। रेडिकल्स खालिस्तानी जिहड़े पंजाब नूं तोड़ना चाहुंदे वो दोबारे आ गए। मैनू सारे जेडे कैरली मलयालम बोलते सी वो पुछदे सी प्रिय पट्टा व्हाट इज दिस हैपनिंग इन पंजाब, एंड टू बी वेरी ऑनेस्ट आई डोंट हैव एनी आंसर। कहने वो तो सारा खराब हो गया। किस तरह एक व्यक्ति, मैनू पता है सरकार क्यों सो रही है, मैनू पता है कि तुसी वेखो एक व्यक्ति आंदा है अचनचेत दुबई चो आके व्यक्ति ने सिस्टम बना लिया, अचनचेत एक नौजवान मुंडा ते जाके उरी दस्तार बंदी रोडे पिंड मीथेयर साहब नहीं हो सकती सी। थोड़ा इंटेलिजेंस फेलियर है, इफ यू आर इंटेलिजेंस डजंट नो एनीथिंग आस्क मी आई विल टेल यू एवरीथिंग व्हाट इज हैपनिंग। क्योंकि पंजाब दे, सॉरी स्पीकर साहब, पंजाब दे लोगों ने कुर्बानियां दी है स्पीकर साहब, पंजाब मर गया 1992 ਦੇ ਵਿੱਚ ਜਦੋਂ ਗਵਰਨਰ, ਅੱਜ ਦਿੱਲੀ ਵਾਲੇ ਗਵਰਨਰੀ ਰਾਜ ਲਾਉਣ ਨੂੰ ਫਿਰਦੇ ਆ, ਹਰਗਿਸ ਨਹੀਂ ਲੱਗਣ ਦੇਵਾਂਗੇ, ਸਾਡੇ ਚੁਣੀ ਹੋਏ ਲੋਕਾਂ ਦੀ ਸਰਕਾਰ ਆ ਉਹ ਹੀ ਕੰਮ ਕਰੇਗੀ, ਅਸੀਂ ਗਵਰਨਰ ਰਾਜ ਦੇ ਖਿਲਾਫ ਹੈ ਰਾਜਾ ਵੜਿੰਗ ਤੇ ਸਾਡੀ ਪਾਰਟੀ, ਕਿ ਲੋਕਾਂ ਨੇ ਇਹਨੂੰ ਬੈਂਦੇ ਫੈਸਲਾ ਕਰਨਗੇ। ਕੀ ਹੋਇਆ ਮੈਨੂੰ ਇਹ ਵੀ ਪਤਾ ਹੈ ਕਿ ਕਿੱਦਾਂ ਵਿਅਕਤੀ ਇੱਕ ਨੌਜਵਾਨ ਆ ਕੇ उन्हें सारा रोडे पिंड दे विच दस्तारबंदी हो गई, किद्दां होया अज तक 40 साल च नहीं होया, इंटेलीजेंसी फेलियर है। और थानू पता नहीं लाहौर दे विच एक पीसी होटल है, कुछ जेडे सलाहकार ने उस व्यक्ति दे, उस नौजवान दे, अमृतपाल दे, वो अक्सर ही तकरीबन लाहौर जांदे ने, लाहौर जाके ISI ते कुछ साडियां एजेंसियां जेड़ियां चाहुंदियां कि पंजाब दे विच माहौल खराब हो जाए ते असीं मूक दर्शक बन के वेख रहे हैं। कुछ देश के अंदर लियां एजेंसियां ते कुछ देश के बाहर लियां एजेंसियां मेरे पंजाब नूं उजाड़ना चाहुंदियां, जेड़ा हरगिस नहीं हो देंगे। 92 दे विच जदों गवर्नर राज लग्या ना, बाजवा साहब मैं तो छोटा जा सी, यह कह दिता गया सी कि गोली मार के उड़ा देंगे जिहड़ा चुनाव लड़ेगा, जिहड़ा वोट पाउण आएगा उन्हूं गोली मार के भुन देंगे,
पर 2600 वोटां नाल 700 वोटां दे नाल लोक एमएलए बने 700 वोटां दे नाल जान दी परवाह नहीं की कुर्बानियां दित्तियां शहादतां दित्तियां मर गए साडे लीडर लेकिन पंजाब नूं उज्जण तों बचा लिया उस गवर्नरी राज जिहड़ा लग्गिया सी फिर सरकार बनी कांग्रेस पार्टी दी आ जिहड़े बहुत सारे मैं किसी पार्टी का नाम नहीं लेना चाहता उदों आम आदमी पार्टी तो होंद च नहीं सी जिहड़े वड्डे कहिंदे 100 साल कोई कहिंदा असीं 95 साल ये पुरानियां पार्टियां एक व्यक्ति नहीं आके खड़ा होया पंजाब दे हस्से एक कांग्रेस पार्टी है इस करके दर्द हो रहा है जो अजनाले च होया 40 साल अतवाद दे समय इस मार्शल पंजाब की पुलिस ने एक डा के सामना करके कुर्बानियां दे के लड़ाई लड़ी त्या जो मूह प्रदर्शक बन के व्यक्ति साडे थाने ते कब्जा कर लिया कदों करोगे गिरफ्तार अमृतपाल क्यों डरते हो अज आम पंजाबी कहिंदा 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 जे पुलिस दे एसपी दे 17 टंके लगे है ते दूजे व्यक्ति की हिफाजत कौन करेगा जे पुलिस नूं नहीं बचा सकता थोड़ा डीजीपी ते थोड़े मुख्यमंत्री ते थोड़ी सरकार बेशक तुसी गुरु ग्रंथ साहिब महाराज का सबूत सत्कार दे विच खड़े रहे अगले दिन की होया अज 12 दिन हो गए ने मेरी बेनती है मुख्यमंत्री साहब नूं ते सरकार नूं कृपा करके बंदी कार्रवाई करके फैसला लवो पंजाब थोड़े मुंह वाल वेख रहा सी थोड़ा साथ देंगे इदा ना करो प्लीज आप दा सो मेनी इश्यूज मैनू आप रिपोर्ट कार्ड ऐसे मैगजीन छपया है मान इन मडल दे विच ही आप रिपोर्ट कार्ड छपया की है एमएन स्कूल की गल करते हो कहते जेडे 117 खोलने से जनवरी च ही लॉन्च किए तुम जे स्कूल से हजे जनवरी चढ़े लॉन्च हो टाइम लगेगा काइंडली स्पीड अप अदरवाइज ये स्कूल 2027 तक बनने नहीं पर मैं उम्मीद है नहीं नहीं आई मैं उम्मीद है कि मंत्री साहब चंगे ढंग न लगे हुए हैं तो इन्हों जल्दी सिरे चढ़ा देंगे अगली गल 500 आम आदमी के जेडे क्लीनिक से ਤੁਸੀਂ ਉਹ ਕਹਿ ਰਹੇ ਹੋ ਸਟੇਟਸ ਇਹਨਾਂ ਨੇ ਕਿਹਾ ਹੋਬਲਡ ਬਾਈ ਲੈਕ ਆਫ ਟ੍ਰੇਨਡ ਮੈਡੀਕਲ ਸਟਾਫ ਜਾਣੀ ਕਿ ਖਿਚੜੀ ਪੱਕ ਗਈ ਹੈ ਔਰ ਇੱਥੇ ਮੈਂ ਕਿਹਾ ਕਿ ਯੂ ਆਰ ਰੈਡੀ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਕਲੀਨਿਕ ਦਾ ਸਕਸੈਸ ਕਰਨਾ ਚਾਹੁੰਦੇ ਹੋ ਲੇਕਿਨ ਇੱਕ ਨੰਬਰ 1 ਹਸਪੀਟਲ ਗਿੱਦੜਬਾਦੀ ਮੈਂ ਕੱਲ੍ਹ ਉਦਾਹਰਣ ਦਿੱਤੇ ਸੀ ਜਿਹੜਾ ਪੰਜਾਬ ਦਾ ਨੰਬਰ 1 ਹਸਪਤਾਲ ਸੀ ਅੱਜ ਉਹ ਕਬੂਤਰਖਾਨਾ ਬਣਦਾ ਜਾ ਰਿਹਾ ਹੈ ਅਨਦਰ ਥਿੰਗ ਡਿਕਲੇਅਰਡ ਮਿਨੀਮਮ ਸਪੋਰਟ ਪ੍ਰਾਈਸ ਫਰ ਮੂੰਗ ਦਾਲ ਤੁਸੀਂ ਕਿਹਾ ਸੀ ਮੂੰਗੀ ਦਾਲ ਤੇ ਇਹਨੇ ਰਿਪੋਰਟ ਦਿੱਤੀ ਹੈ ਓਨਲੀ 11% ਆਫ ਪ੍ਰੋਡਕਟ ਪ੍ਰੋਡਿਊਸਡ ਐਟ ਐਮਐਸ ਹਾਂ ਪ੍ਰੋਡਿਊਸ ਪ੍ਰੋਕਿਉਰਡ ਐਟ ਐਮਐਸਪੀ ਰੇਟ ਸੋ ਫਾਰ 11% ਹੀ ਤੁਸੀਂ ਐਮਐਸਪੀ ਦੀ ਜਿਹੜੀ ਮੂੰਗ ਦੀ ਗੱਲ ਕੀਤੀ ਸੀ ਉਹ ਪ੍ਰੋਕਿਉਰ ਕਰ ਪਾਏ ਹੋ ਇਸ ਤੋਂ ਵੱਧ ਨਹੀਂ ਪ੍ਰੋਕਿਉਰ ਕਰ ਪਾਏ ਅੱਗੇ ਹੈ ਤੁਸੀਂ ਲਿਖਿਆ ਸੀ ਓਪੀਐਸ ਪੈਨਸ਼ਨ ਸਕੀਮ ਜਿਹੜੀ ਸੀ ਤੁਸੀਂ ਜਿਹੜੀ ਜਾ ਕੇ ਐਲਾਨ ਕੀਤੀ ਸੀ ਕਮੇਟੀ ਫਾਰਮਡ ਅੰਡਰ ਸਟੇਟ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਟੂ ਇੰਪਲੀਮੈਂਟ ਇਟ ਫੰਡਸ ਵਿਲ ਬੀ ਏ ਪ੍ਰੋਬਲਮ ਅਨਦਰ ਲਿਖਿਆ ਕਰੈਕਡਾਊਨ ਔਨ ਇਲੀਗਲ ਇਨਫੋਰ ਇਨਕਰੋਚਮੈਂਟ ਉਹਨਾਂ ਨੇ ਲਿਖਿਆ ਜਿਹੜਾ ਧਾਲੀਵਾਲ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀ ਚੰਗਾ ਕੰਮ ਸੀ ਬਹੁਤ ਚੰਗਾ ਕੰਮ ਸੀ छुड़ाओ जमीन मैं थोनू वधाई दिती सी यू आर डूइंग अ वंडरफुल जॉब लेकिन छुट नहीं रही आईटी मेली किते पाचा फसिया पिया फिर किते ना किने कानून दी अड़चना चाहे किसे सिफारशां दी अड़चना उत्थी रुक गया है छुड़ाओ धालीवाल साहब एंटी गैंगस्टर टास्क फोर्स बनाई सी 2022 च उन्होंने लिखा मिक्स रिजल्ट मोस्ट ऑफ द Prize catches still made by Delhi police and central agencies. ਤੁਹਾਨੂੰ ਫੜਨੇ ਚਾਹੀਦੇ ਸੀ ਉਹ ਬੰਦੇ ਲੇਕਿਨ ਕੌਣ ਲੈ ਗਿਆ ਫੜਕੇ ਦਿੱਲੀ ਪੁਲਿਸ ਮੈਂ ਤਾਂ ਕੱਲ ਵੀ ਕਿਹਾ ਸੀ ਕਿ ਜਿਹੜੀ ਦਿੱਲੀ ਪੁਲਿਸ ਹੈ ਲੱਗਦਾ ਹੈ ਕਿ ਉਹਨੂੰ ਪਤਾ ਹੁੰਦਾ ਹਾਦਸਾ ਕਦੋਂ ਹੋਣਾ ਪੰਜਾਬ 'ਚ ਹਾਦਸਾ ਹੁੰਦਾ ਦਿੱਲੀ ਵਾਲੇ ਫੜ ਲੈਂਦੇ ਐਂ 'ਚ ਲੱਗਦਾ ਕਿ ਗੈਂਗਸਟਰ ਦੱਸ ਕੇ ਆਉਂਦਾ ਕਿ ਪੰਜਾਬ 'ਚ ਕੰਮ ਕਰਨ ਲੱਗੇ ਉਹਨਾਂ ਨੂੰ ਪਤਾ ਹੈ ਸਾਰਾ ਕੁਛ ਦਿੱਲੀ ਵਾਲਿਆਂ ਨੂੰ ਮੈਂ ਇਸ ਗੱਲ ਨਾਲ ਸਹਿਮਤ ਹਾਂ ਲੇਕਿਨ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਟ੍ਰੈਪ ਹੋ ਰਹੇ ਹੋ Be aware. Thank you. मैं सुचेत लास्ट पॉइंट सर लास्ट पॉइंट रनिंग ऑन रिजर्व फाइनेंस मिनिस्टर साहब बैठे ने मेरे ते लिखा कि जो असी सरकार छड़ के गए असी भी
ਅਸੀਂ ਵੀ ਦੋਸ਼ੀ ਹਾਂ, ਅਸੀਂ ਵੀ ਦੋਸ਼ੀ ਹਾਂ। ਪੰਜਾਬ ਦੇ 2 ਕਰੋੜ ਤਕਰੀਬਨ 2,83,00,000 ਕਰੋੜ ਰੁਪਏ ਦਾ ਕਰਜ਼ਾ ਸੀ, ਹੁਣ ਕੀ ਲਿਖਿਆ ਹੈ, ਹੁਣ ਹੋ ਗਿਆ ਸਰ ਟੋਟਲ ਡੈਬਿਟ ਆਫ ਸਟੇਟ ਬੁੱਕਸ ਇਨ ਫਾਈਨੈਂਸ਼ੀਅਲ ਈਅਰ 2022 ਬਿਫੋਰ ਦ ਆਪ ਗਵਰਨਮੈਂਟ ਕੇਮ ਟੂ ਪਾਵਰ ਐਕਸਪੈਕਟਡ ਟੂ ਰੇਜ਼ RS 3.3, ਯਾਨੀ ਕਿ 3 ਲੱਖ। ਠੀਕ ਹੈ ਜੀ ਰਾਜਾ ਜੀ।